देख रहे हो सांझ टीवी न्यूज़ पोर्टल। ਹੁਸ਼ਿਆਰਪੁਰ ਦੇ ਹਰਿਆਣਾ ਰੋਡ ਤੇ ਬਣੀ ਲੱਕੜ ਮੰਡੀ ਅਧੀਨ ਸਵੇਰੇ ਦੋ ਨੌਜਵਾਨਾਂ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਦਾ ਮਾਹੌਲ ਫੈਲ ਗਿਆ। ਜਾਣਕਾਰੀ ਮੁਤਾਬਕ ਦੋ ਨੌਜਵਾਨਾਂ ਵਿੱਚੋਂ ਇੱਕ ਪ੍ਰਵਾਸੀ ਮਜ਼ਦੂਰ ਅਤੇ ਇੱਕ ਪੰਜਾਬੀ ਨੌਜਵਾਨ ਦੱਸਿਆ ਜਾ ਰਿਹਾ ਹੈ, ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੱਕੜ ਮੰਡੀ 'ਚ ਬਤੌਰ ਮਜ਼ਦੂਰੀ ਦਾ ਕੰਮ ਕਰ ਰਹੇ ਸਨ। ਮੌਕੇ 'ਤੇ ਮਿਲੀ ਜਾਣਕਾਰੀ ਮੁਤਾਬਕ ਕਿਸੇ ਤੇਜ਼ਧਾਰ ਹਥਿਆਰ ਨਾਲ ਦੋਨਾਂ ਨੌਜਵਾਨਾਂ 'ਤੇ ਵਾਰ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ। ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੰਡੀ ਦੇ ਵਿੱਚ ਮਜ਼ਦੂਰੀ ਕਰਦੇ ਸਨ, ਜਿਨ੍ਹਾਂ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਸਵੇਰੇ ਮੰਡੀ 'ਚ ਪਾਈਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੂਜੇ ਪਾਸੇ ਪੁਲਿਸ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਉਹ ਕਹਿੰਦੇ ਬੰਦੇ ਕਿ ਉੱਥੇ ਬਾਹਰ ਬੰਦੇ ਪਏ ਵਾ ਨਾਲ, ਆਪਾਂ ਉੱਠ ਕੇ ਦੇਖਿਆ। ਅੱਛਾ, ਤਾਂ ਮਤਲਬ ਕੀ ਇੱਥੇ ਬੰਦੇ ਪਏ ਨਾਲ? ਕੌਣ ਹੈਗੇ ਬੰਦੇ ਪਤਾ ਲੱਗੇ ਜੀ? ਕਿਹੜੇ? ਇਹ ਜਿਹੜੇ ਬੰਦੇ ਮਟਰ ਹੋਇਆ ਜਿਹਨਾਂ ਦਾ? ਨਹੀਂ, ਇਹ ਤਾਂ ਹੁਣੇ ਪਤਾ ਲੱਗਾ ਜੀ, ਹਰ ਰੁਕਾਂ ਤੇ ਕਿਸੇ ਬਸੀ ਵੱਲੋਂ ਦਾ ਕੋਈ ਦੋਤਾ ਹੈ ਮਤਲਬ। ਇਹਨਾਂ ਦਾ ਪਿਛਲੀ ਰਾਤ ਦੋਵੇਂ ਉੱਥੋਂ ਟੱਕ ਤੋਂ 6 ਵਜੇ ਫ੍ਰੀ ਹੋਏ ਆ, ਲੱਕੜ ਦੇ ਟੱਕ ਤੋਂ ਲੱਕੜ ਕੱਟ ਕੇ। ਉਹ ਤੋਂ ਬਾਅਦ ਇਹ ਧਰੇ ਨਹੀਂ ਪਹੁੰਚੇ। ਸਵੇਰੇ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗਾ ਵੀ ਇਹਨਾਂ ਦਾ ਇੱਥੇ ਮਰਡਰ ਹੋ ਗਿਆ, ਲਾਸ਼ਾਂ ਪਈਆਂ ਨੇ। ਇਹਨਾਂ ਦੇ ਘਰਦਿਆਂ ਨੂੰ ਬੁਲਾਇਆ ਗਿਆ, ਅੱਗੇ ਵੀ ਇਲਜ਼ਾਮ ਦੇਣਗੇ। ਉਹਦੇ ਮੁਤਾਬਕ ਜੋ ਵੀ ਸਾਡੇ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ, ਮੁਕੱਦਮਾ ਦਰਜ ਕੀਤਾ ਜਾਊਗਾ, ਮੁਕੱਦਮਾ ਮਾਡਰ ਕਰਾਇਆ ਜਾਊਗਾ। ਸਰ, ਕੋਈ ਲੇਡੀ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ ਜੀ? ਹਾਂ, ਕੁਛ ਹਲੇ ਉਹਨਾਂ ਨੇ ਬਿਆਨ ਨਹੀਂ ਦਿੱਤਾ, ਕੁਛ ਗੱਲਾਂ ਆਈਆਂ ਨੇ ਨੋਟਸ ਵਿੱਚ, ਜੋ ਵੀ ਉਹ ਲਿਖਾਉਣਗੇ ਉਹਦੇ ਮੁਤਾਬਕ ਜਾਂ ਹੋਰ ਵੀ ਗੱਲਾਂ ਜੋ ਵੀ ਕੋਈ। ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਬੋਡੀ? ਹੁਣ ਮੁਕੱਦਮਾ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾਊਗਾ ਅਤੇ ਜਿਹੜਾ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।